ਦੋਸਤੋ ਮੈਂ ਐਡਵੋਕੇਟ ਕਮਲਜੀਤ ਸਿੰਘ ਕੁੱਟੀ ਹਾਜ਼ਰਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਮੈਂ ਹਰ ਹਫ਼ਤੇ ਕਿਸੇ ਨਾ ਕਿਸੇ ਕਾਨੂੰਨੀ ਵਿਸ਼ੇ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਮੈਂ ਆਪਣੇ YouTube ਚੈਨਲ ਕਾਨੂੰਨੀ ਸਲਾਹ ਬਾਈ ਐਡਵੋਕੇਟ ਕਮਲਜੀਤ ਸਿੰਘ ਕੁੱਟੀ ਦੇ ਉੱਪਰ ਹਰ ਹਫ਼ਤੇ ਉਹਨਾਂ ਕਾਨੂੰਨਾਂ ਬਾਰੇ ਸੌਖੀ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦਾ ਜਿੰਨਾ ਕਾਨੂੰਨਾਂ ਦਾ ਰੋਜ਼ਮਰਹ ਦੀ ਜ਼ਿੰਦਗੀ 'ਚ ਸਾਡਾ ਵਾਅ ਵਾਸਤਾ ਪੈਂਦਾ ਜਿੰਨਾ ਕਾਨੂੰਨਾਂ ਦਾ ਅੱਜ ਦਾ ਵਿਸ਼ਾ ਥੋੜਾ ਜਿਹਾ ਹਟਮਾ ਹੈ ਤੇ ਅੱਜ ਇਸ ਵਿਸ਼ੇ ਤੇ ਕਾਫੀ ਸਮੇਂ ਤੋਂ ਮੈਂ ਸੋਚ ਰਿਹਾ ਸੀ ਜਿੱਦਨ ਤੋਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਹੈ ਉਹਦਾ ਕਤਲ ਹੋਇਆ ਉਦੋਂ ਤੋਂ ਹੀ ਮੈਂ ਸੋਚ ਰਿਹਾ ਸੀ ਪਰ ਹੌਲੀ-ਹੌਲੀ ਹੁਣ ਇਹ ਮਜਬੂਰੀ ਬਣ ਗਈ ਕਿ ਇਸ ਵਿਸ਼ੇ ਤੇ ਵੀ ਗੱਲ ਕੀਤੀ ਜਾਵੇ ਤੇ ਤੁਹਾਡੇ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਜਾਵੇ ਵੱਡਾ ਸਵਾਲ ਇਹ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਉਹਦੇ ਮਾਪਿਆਂ ਦੇ ਉਹਦੇ ਰਿਸ਼ਤੇਦਾਰਾਂ ਦੇ ਹੰਝੂਆਂ ਨੂੰ ਵੇਚ ਕੇ ਕਿਹੜੇ ਬੰਦੇ ਆ ਜਿਹੜੇ ਕਮਾਈ ਕਰ ਰਹੇ ਆ ਜਿੱਥੋਂ ਤੱਕ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਔਰ ਸੋਸ਼ਲ ਮੀਡੀਆ ਖਾਸ ਤੌਰ ਤੇ ਜਦੋਂ ਤੋਂ ਸ਼ੁਰੂ ਹੋਇਆ ਸੀਗਾ ਕਿਸਾਨ ਅੰਦੋਲਨ ਉਦੋਂ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਆਪਣੇ ਆਪ ਨੂੰ ਅਖੌਤੀ ਰਾਸ਼ਟਰੀ মিডিਆ ਕਹਿਣ ਵਾਲੇ ਚੈਨਲ ਜਦੋਂ ਕਿਸਾਨਾਂ ਦੇ ਖਿਲਾਫ ਚੱਲਦੇ ਸੀ ਕਿਸਾਨਾਂ ਨੂੰ ਅਤਵਾਦੀ ਵਖਵਾਦੀ ਕਹਿੰਦੇ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਵੀ ਉਹ ਕੂੜ ਪ੍ਰਚਾਰ ਕਰਦੇ ਸੀ ਦਿੱਲੀ ਵਾਲੇ ਜਿਹੜੇ ਚੈਨਲ ਐ ਤਾਂ ਉਹਦਾ ਜਵਾਬ ਸੋਸ਼ਲ ਮੀਡੀਆ ਤੇ ਬਹੁਤ ਲੋਕਾਂ ਨੇ ਦਿੱਤਾ ਤੇ ਬੜੇ ਵਧੀਆ-ਵਧੀਆ ਚਿੰਤਕ ਸੋਸ਼ਲ ਮੀਡੀਆ ਨੇ ਸਾਨੂੰ ਦਿੱਤੇ ਆ ਇਸ ਤੋਂ ਇਲਾਵਾ ਉਹ ਪੱਤਰਕਾਰ ਜਿਹੜੇ ਵਾਕਈ ਇਮਾਨਦਾਰ ਤੇ ਬਹੁਤ ਵਧੀਆ ਪੱਤਰਕਾਰ ਨੇ ਤੇ ਜਿਨ੍ਹਾਂ ਨੂੰ ਇਹ ਅਖੌਤੀ ਰਾਸ਼ਟਰੀ মিডিਆ ਨਹੀਂ ਚੱਲਦਾ ਸੀ ਉਹਨਾਂ ਵਾਸਤੇ ਇੱਕ ਨਵਾਂ ਮੰਚ ਉਹਨਾਂ ਨੂੰ ਮਿਲ ਗਿਆ ਤੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਤੇ ਬਹੁਤ ਵਧੀਆ ਪੱਤਰਕਾਰੀ ਉਹ ਕਰ ਰਹੇ ਆ ਤਾਂ ਇਹ ਇੱਕ ਟੰਗ ਸੀਗਾ ਇਹ ਜਦੋਂ ਸੋਸ਼ਲ ਮੀਡੀਆ ਨੇ ਬਹੁਤ ਯੋਗਦਾਨ ਪਾਇਆ ਉਹ ਕਿਸਾਨ ਅੰਦੋਲਨ ਚ ਵੀ ਤੇ ਲੋਕਾਂ ਦੀ ਆਮ ਜ਼ਿੰਦਗੀ ਦੇ ਵਿੱਚ ਵੀ ਲੋਕਾਂ ਨੂੰ ਇੱਕ ਆਦਤ ਪੈ ਗਈ YouTube ਦੇ ਉੱਪਰ Facebook ਦੇ ਉੱਪਰ ਸੋਸ਼ਲ ਮੀਡੀਆ ਰਾਹੀਂ ਇਹਨਾਂ ਖਬਰਾਂ ਨੂੰ ਦੇਖਣ ਦੀ ਹੁਣ ਹੋਇਆ ਕੀ ਆ ਕਿ ਇਸ ਖੇਤਰ ਦੇ ਵਿੱਚ ਬਹੁਤ ਸਾਰੇ ਕੱਚ ਘੜਡ ਬੰਦੇ ਬਹੁਤ ਸਾਰੇ ਅਖੌਤੀ ਪੱਤਰਕਾਰ ਵੀ ਆ ਗਏ ਤਾਂ ਜਿਵੇਂ ਆਪਾਂ ਦੇਖੀਏ ਇਹ ਅਖੌਤੀ ਪੱਤਰਕਾਰ ਹੈ ਜਿਹੜੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਆ ਗਏ ਕਿਸੇ ਨੇ ਆਪਣਾ ਚੈਨਲ ਖੋਲ੍ਹ ਲੈ ਕਿਸੇ ਨੇ ਕੁਸ਼ ਕਰ ਲਿਆ ਉਹਨਾਂ ਦੀ ਨਾ ਹੀ ਤਾਂ ਕੋਈ ਜਰਨਲਿਜ਼ਮ ਦੇ ਵਿੱਚ ਕੋਈ ਬਹੁਤੀ ਪੜ੍ਹਾਈ ਹੈ ਤੇ ਮਨ ਲੱਗਦਾ ਕਿਸੇ ਨੇ ਜਰਨਲਿਜ਼ਮ ਦੇ ਬਹੁਤੇ ਬੰਦਿਆਂ ਨੇ ਜਰਨਲਿਜ਼ਮ ਪੜ੍ਹਿਆ ਹੀ ਨਹੀਂ ਹੈ ਉਹਨਾਂ ਚੋਂ ਪੱਤਰਕਾਰਤਾ ਨਾਲ ਉਹਨਾਂ ਦਾ ਸੰਬੰਧ ਨਹੀਂ ਬਹੁਤੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਕਿਹੜਾ ਸਵਾਲ ਕਿੱਥੇ ਪੁੱਛਣਾ ਹੈ ਪੁੱਛਣਾ ਵੀ ਹੈ ਕਿ ਨਹੀਂ ਪੁੱਛਣਾ ਤਾਂ ਇਹ ਸਾਰੀਆਂ ਗੱਲਾਂ ਕਰਕੇ ਸਿੱਧੂ ਮੂਸੇਵਾਲਾ ਦੀ ਜਿਹੜੀ ਕਤਲ ਹੋਇਆ ਅ ਅਜੀਬੋ ਗਰੀਬ ਤਰ੍ਹਾਂ ਦੀਆਂ ਜੜੀਆਂ ਇਹ ਵੀਡੀਓ ਬਣਾ ਕੇ ਲੋਕਾਂ ਦੇ ਸਾਹਮਣੇ ਪਾ ਰਹੇ ਆ ਉਹਦੇ ਵਿੱਚ ਹੋਇਆ ਕੀ ਹੈ ਇੱਕ ਬੰਦਾ ਜਾਂਦਾ ਉਹ ਅੱਧੇ ਘੰਟੇ ਦੀ ਵੀਡੀਓ ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਹੀ ਦਿਖਾਈ ਜਾਂਦਾ ਕਹਿੰਦਾ ਜੀ ਇਹ ਸੀਸੀਟੀਵੀ ਕੈਮਰਾ ਉਹ ਹੈ ਜਿਹਦੇ ਵਿੱਚ ਤੁਸੀਂ ਗੱਡੀਆਂ ਲੰਘਦੀਆਂ ਮੁੱਸੇ ਵਾਲੇ ਦੀ ਤੇ ਦੂਜੀਆਂ ਗੱਡੀਆਂ ਲੰਘਦੀਆਂ ਦੇਖਿਆ ਸੀ ਆਹ ਸੀਸੀਟੀਵੀ ਕੈਮਰਾ ਹੈ ਜੀ ਉਹ ਉਹ ਯਾਰ ਇਹ ਕਿੱਡੀ ਤੱਕ ਗੱਡੀ ਪੱਤਰਕਾਰੀ ਹੈ ਇੱਕ ਕੈਮਰਾ ਦਿਖਾ ਰਿਹਾ ਤੂੰ ਵੀ ਐਦੀ ਵੀਡੀਓ ਆ ਉਹ ਐਦੀ ਵੀਡੀਓ ਇਹ ਇੱਕ ਹੋਰ ਬੰਦਾ ਸਿੱਧੂ ਮੂਸੇਵਾਲੇ ਨੇ ਸ਼ੁਭਦੀਪ ਸਿੰਘ ਸਿੱਧੂ ਨੇ ਆਪਣੀ ਮੰਗੇਤਰ ਬਾਰੇ ਆਪਣੇ ਸਹੁਰਿਆਂ ਬਾਰੇ ਉਹ ਜਿਹੜਾ ਸਾਰੀ ਗੁਪਤ ਰੱਖੀ ਸੀ ਗੱਲ ਔਰ ਚਾਹੀਦਾ ਵੀ ਹੈ ਜਿਸ ਤਰ੍ਹਾਂ ਦੇ ਹਾਲਾਤ ਸੀ ਅਗਲੇ ਨੂੰ ਆਪਣੀ ਜ਼ਿੰਦਗੀ ਬਾਰੇ ਆਪਣੇ ਹਾਲਾਤਾਂ ਬਾਰੇ ਵਧੀਆ ਪਤਾ ਹੁੰਦਾ ਉਹਨੇ ਸਾਰੀ ਗੱਲ ਗੁਪਤ ਰੱਖੀ ਸੀ ਜਦੋਂ ਉਹਦਾ ਕਤਲ ਹੋ ਜਾਂਦਾ ਹੈ ਇਹ ਬੰਦੇ ਆਪਣਾ ਉਹੀ 150 ਰੁਪਏ ਦਾ ਮਾਈਕ ਚਾਕੇ ਪਹੁੰਚ ਜਾਂਦੇ ਆ ਮੰਗੇਤਰ ਦੇ ਘਰੇ ਉਹਦਾ ਘਰ ਬਾਹਰੋਂ ਦਿਖਾ ਰਹੇ ਆ ਅੰਦਰੋਂ ਲੋਕਾਂ ਨੂੰ ਰੋਕ ਰੋਕ ਕੇ ਪੁੱਛ ਰਹੇ ਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਉਹ ਯਾਰ ਕਿਸ ਤਰ੍ਹਾਂ ਦਾ ਮਹਿਸੂਸ ਹੋਊਗਾ ਕਿਸੇ ਦਾ ਜਵਾਨ ਪੁੱਤ ਮਾਰਿਆ ਗਿਆ ਇੰਨਾ ਜਿਹੜਾ ਜਿਆਦਾ ਸਾਰੇ ਦੇਸ਼ ਦੇ ਵਿੱਚ ਜਿਹੜਾ ਹਾਹਾਕਾਰ ਮੱਚੀ ਹੋਈ ਆ ਤੁਸੀਂ ਪੁੱਛਦੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੋਰ ਦੇਖੋ ਇੱਕ ਪੱਤਰਕਾਰ ਸਿੱਧੂ ਮੂਸੇਵਾਲਾ ਦੀ ਮਾਸੀ ਦੇ ਘਰੇ ਪਹੁੰਚ ਜਾਂਦਾ ਉਹ ਵਿਚਾਰੀ ਰੋ ਰਹੀ ਆ ਬਜ਼ੁਰਗ ਔਰਤ ਰੋ ਰਹੀ ਆ ਬਹਿਣ ਪਾ ਰਹੀ ਆ ਇਹ ਬੰਦੇ ਉਹਦੇ ਜਿਹੜੇ ਬਹਿਣ ਆ ਉਹਨਾਂ ਨੂੰ ਵਾਰ-ਵਾਰ ਦਿਖਾ ਰਹੇ ਆ ਉਹ ਤੋਂ ਬਾਅਦ ਉਹਨੂੰ ਹਾਈਲਾਈਟ ਕਰਕੇ ਸੋਸ਼ਲ ਮੀਡੀਆ ਤੇ ਪਾ ਰਹੇ ਆ ਸਿੱਧੂ ਮੂਸੇਵਾਲੇ ਦੀ ਮਾਸੀ ਨੇ ਆ ਕਿਹਾ ਮਾਸੀ ਨੇ ਉਹ ਯਾਰ ਉਹ ਦੁੱਖ ਚ ਹੈ ਬਜ਼ੁਰਗ ਔਰਤ ਦੁੱਖ ਦੇ ਵਿੱਚ ਹੈ ਤੁਸੀਂ ਉਹਦੇ ਦੁੱਖਾਂ ਨੂੰ ਉਹਦੇ ਵਹਿਣਾ ਨੂੰ ਤੁਸੀਂ ਵੇਚ ਰਹੇ ਹੋ ਆਪਦੇ ਵਿਊ ਵਧਾਉਣ ਖਾਤਰ ਤਾਂ ਇਹ ਬਹੁਤ ਮਾੜੀ ਗੱਲ ਹੈ ਕਈ ਬੰਦੇ ਤਾਂ ਇਹੋ ਜਿਹੇ ਜਿਨ੍ਹਾਂ ਨੂੰ ਨਾ ਤਾਂ ਵਿਸ਼ੇ ਦੀ ਸਮਝ ਹੈ ਨਾ ਉਹਨਾਂ ਨੂੰ ਸਵਾਲ ਪੁੱਛਣ ਦਾ ਪਤਾ ਤਾਂ ਮੇਰੀ ਬੇਨਤੀ ਇਹ ਹੈ ਇੱਕ ਤਾਂ ਇਹੋ ਜੇ ਕੱਚ ਘੜੜ ਤੇ ਜਿਹੜੇ ਅਖੌਤੀ ਪੱਤਰਕਾਰ ਵੀਰ ਹੈ ਇਹਨਾਂ ਨੂੰ ਬੇਨਤੀ ਆ ਕਿ ਤੁਸੀਂ ਆਪ ਦਾ ਜਿਹੜਾ ਇਹ ਪ੍ਰੋਗਰਾਮ ਬੰਦ ਕਰ ਦਿਓ ਆਪਦਾ ਇਹ ਕੋਈ ਜੇ ਤੁਸੀਂ ਕਰਨਾ ਹੀ ਹੈ ਨਾ ਪੱਤਰਕਾਰੀ ਚਾਉਣਾ ਹੈ ਪਹਿਲਾਂ ਜਿਹੜੇ ਮੋਢਲੇ ਅਸੂਲ ਹੈ ਪੱਤਰਕਾਰੀ ਦੇ ਉਹਦੇ ਬਾਰੇ ਜਾਣਕਾਰੀ ਲੈ ਲਓ ਤੁਸੀਂ ਉਹਦੇ ਬਾਰੇ ਕੋਈ ਕਿਤਾਬਾਂ ਪੜ੍ਹ ਲਓ ਕੋਈ ਕੋਰਸ ਕਰ ਲਓ ਨਹੀਂ ਤਾਂ ਜਿਹੜੇ ਬਹੁਤ ਵਧੀਆ ਤੇ ਚੰਗੇ ਪੱਤਰਕਾਰ ਐ ਉਹਨਾਂ ਦੀ ਸ਼ਗਿਰਦੀ ਹਾਸਲ ਕਰ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਸ ਮੌਕੇ ਕਿਸ ਤਰ੍ਹਾਂ ਦਾ ਸਵਾਲ ਪੁੱਛਣਾ ਹੈ ਨਹੀਂ ਪੁੱਛਣਾ ਸਾਡੀਆਂ ਸੀਮਾਵਾਂ ਕੀ ਕੀ ਆ ਮਾਈਕ ਲੈ ਕੇ ਆਪਣੇ ਆਪ ਨੂੰ ਪੱਤਰਕਾਰ ਕਹਿ ਕੇ ਸਾਨੂੰ ਇਹ ਨਹੀਂ ਹੱਕ ਮਿਲ ਜਾਂਦਾ ਵੀ ਅਸੀਂ ਕਿਸੇ ਦਾ ਵੀ ਦਰਵਾਜ਼ਾ ਤੋੜ ਕੇ ਘਰ ਖੋਲ ਕੇ ਉਹਦੇ ਚ ਵੜ ਜਾਈਏ ਤੇ ਕਿਸੇ ਤੋਂ ਕੁਝ ਵੀ ਪੁੱਛੀ ਚੱਲੀਏ ਦੂਜੇ ਮੇਰੀ ਬੇਨਤੀ ਜਿਹੜੇ ਪੱਤਰਕਾਰ ਭਾਈਚਾਰਾ ਹੈ ਜਿਹੜੇ ਪ੍ਰੈਸ ਕਲੱਬ ਬਣੇ ਹੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹੋ ਜੇ ਲੋਕਾਂ ਦੇ ਉੱਪਰ ਨਕੇਲ ਕਸੀ ਜਾਵੇ ਇਹੋ ਜੇ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਆਮ ਲੋਕਾਂ ਨੂੰ ਵੀ ਬੇਨਤੀ ਹੈ ਕਿ ਇਹੋ ਜੇ ਲੋਕਾਂ ਦੀਆਂ ਵੀਡੀਓਜ਼ ਬਾਰ-ਬਾਰ ਦੇਖ ਕੇ ਉਹਨਾਂ ਦੇ ਵਿਊ ਨੰਭਦਾ ਉਹਨਾਂ ਦਾ ਹੌਸਲਾ ਹੋਰ ਵੱਧਦਾ ਜਦੋਂ ਇੱਕ ਵਾਰੀ ਗਲਤ ਕਰਦੇ ਆ ਉਹਦੇ ਵਿਊ ਵੱਧ ਜਾਂਦੇ ਆ ਫਿਰ ਉਹ ਬਾਰੀ-ਬਾਰੀ ਗਲਤੀ ਕਰਦੇ ਆ ਇਸ ਤੋਂ ਇਲਾਵਾ ਸਰਕਾਰ ਨੂੰ ਵੀ ਬੇਨਤੀ ਹੈ ਕਿ ਸੋਸ਼ਲ ਮੀਡੀਆ ਨਾਲ ਸੰਬੰਧਤ ਉਹ ਇਸ ਤਰ੍ਹਾਂ ਦੀ ਕੋਈ ਰੈਗੂਲੇਟਰੀ ਅਥਾਰਟੀ ਬਣਾਈ ਜਾਵੇ ਜਿਹਦੇ ਨਾਲ ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ਾਂ ਤੇ ਚੈੱਕ ਹੋ ਸਕੇ ਇਹਨਾਂ ਨੂੰ ਰੋਕਿਆ ਜਾ ਸਕੇ ਤੇ ਅਖੀਰ ਚ ਜਾਂਦੇ ਜਾਂਦੇ ਕਾਨੂੰਨੀ ਸਲਾਹ ਮੈਂ ਇੱਕ ਹੋਰ ਤੁਹਾਨੂੰ ਦੇ ਦਿਆਂ ਕਿ ਜੇ ਕੋਈ ਵੀ ਵਿਅਕਤੀ ਹੈ ਜੇ ਕੋਈ ਬੰਦਾ ਤੁਹਾਡੀ ਇੱਛਾ ਦੇ ਉਲਟ ਤੁਹਾਡੀ ਵੀਡੀਓ ਬਣਾਉਂਦਾ ਜਾਂ ਤੁਹਾਡੀਆਂ ਫੋਟੋਆਂ ਛਿੱਚਦਾ ਚਾਹੇ ਉਹ ਪੱਤਰਕਾਰ ਆ ਚਾਹੇ ਕੋਈ ਆ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਥੋੜੀ ਇੱਛਾ ਤੋਂ ਬਿਨਾ ਥੋੜੀ ਨਾ ਵੀਡੀਓ ਬਣਾਈ ਜਾ ਸਕਦੀ ਆ ਨਾ ਥੋਡੀਆਂ ਫੋਟੋਆਂ ਖਿੱਚੀਆਂ ਜਾ ਸਕਦੀਆਂ ਤਾਂ ਸਾਈਬਰ ਕ੍ਰਾਈਮ ਦੇ ਤਹਿਤ ਇਹ ਆਉਂਦਾ ਹੋਰ ਵੀ ਬੜੀਆਂ ਧਰਾਮਾਂ ਉਹਦੇ ਤੇ ਲੱਗਦੀਆਂ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਤਾਂ ਇਹ ਸੀ ਅੱਜ ਦੀ ਕਾਨੂੰਨੀ ਜਾਣਕਾਰੀ ਮੇਰੀ ਇਸ ਬੇਨਤੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਜਿਹੜੇ ਅਖੌਤੀ ਪੱਤਰਕਾਰ ਹੈ ਜਿਹੜੇ ਪੱਤਰਕਾਰੀ ਦਾ ਨਾਂ ਵਰਤ ਕੇ ਪੱਤਰਕਾਰੀ ਦੇ ਪੇਸ਼ੇ ਨੂੰ ਬਦਨਾਮ ਕਰਦੇ ਆ ਉਹਨਾਂ ਲੋਕਾਂ ਤੇ ਕੋਈ ਰੋਕ ਲੱਗ ਸਕੇ ਧੰਨਵਾਦ